ਜਿੰਨਾ ਅੱਖੀਆਂ ਦਿਲ ਵਰ ਤੱਕਿਆ ਜਿੰਨੇ ਵੇਖਿਆ ਕਮਲੀ ਵਾਲੇ ਨੂੰ ਮੂੰਹੋਂ ਨਿਕਲਿਆ ਵਾਹ ਅੱਲਾ ਕਰੇ ਸਭ ਨੂੰ ਸੁਧਾਰ ਹੋ ਜਾਵੇ ਜਿੰਨੇ ਵੇਖਿਆ ਕਮਲੀ ਵਾਲੇ ਮੂੰਹੋਂ ਨਿਕਲਿਆ ਵਾਹ ਸੁਭਾਨ ਅੱਲਾ ਮੂੰਹੋਂ ਨਿਕਲਿਆ ਵਾਹ ਸੁਭਾਨ ਅੱਲਾ ਤੇਰੇ ਹੁਸਨ ਦੀ ਕੀ ਤਾਰੀਫ ਕਰਾਂ ਤੇਰੇ ਹੁਸਨ ਦੀ ਕੀ ਤਾਰੀਫ ਕਰਾਂ ਕਵੇ ਆਪ ਖੁਦਾ ਸੁਭਾਨ ਅੱਲਾ ਕਵੇ ਆਪ ਖੁਦਾ ਕਵੇ ਆਪ ਖੁਦਾ ਸੁਭਾਨ ਜਿਵੇਂ ਵੇਖਿਆ ਸਵਾਲ ਪੈਦਾ ਆਉਂਦਾ ਕਿਹਨੇ ਵੇਖਿਆ ਜਿਹਨੇ ਵੇਖਿਆ ਕਿਹਨੇ ਵੇਖਿਆ ਜਿਹਨੇ ਵੇਖਿਆ ਉਸਨੇ ਕਿਹਾ ਅਖਸਾਨੋ ਮਿਨ ਕਲਮ ਤਾਰਾ ਕਤੋਈ ਅਜਮਲੋ ਮਿਨ ਕਲਮ ਤਲੇ ਦਿਨ ਖੋਲਿਖਤਾ ਮੁਬਰਾ ਮਿਨ ਕਾਨਕਾ ਕਦ ਖੁਲਕ ਦਾ ਕਮਾ ਤਸ਼ਾ ਹੋਰ ਕਿੰਨੇ ਵੇਖਿਆ ਯਾ ਸਾਹਿਬ ਅਲ ਜਮਾਲ ਵਾ ਯਾ ਸੈਯਦ ਅਲ ਬਸ਼ਰ ਯਾ ਸਾਹਿਬ ਅਲ ਜਮਾਲ ਯਾ ਸਾਹਿਬ ਅਲ ਜਮਾਲ ਯਾ ਸਾਹਿਬ ਅਲ ਜਮਾਲ ਵਾ ਯਾ ਸੈਯਦ ਅਲ ਬਸ਼ਰ ਮਿਨ ਵਜਹ ਕਲ ਮੁਨੀਰ ਲਕਦ ਨੂਰ ਅਲ ਕਮਰ ਮਿਨ ਵਜਹ ਕਲ ਮੁਨੀਰ ਲਕਦ ਨੂਰ ਅਲ ਕਮਰ ਲਾ ਯੁਮਕਿਨੁ ਥਨਾਉ ਕਮਾ ਕਾਨ ਹੱਕੁਹੁ ਬਜ਼ੁਰਗ ਤੂੰ ਕਿੱਸਾ ਮੁਖਤਸਰ ਬਾਦਸ ਖੁਦਾ ਬਜ਼ੁਰਗ ਤੂੰ ਹੋਰ ਕਿੰਨੇ ਵੇਖਿਆ ਹੋਰ ਕਿੰਨੇ ਵੇਖਿਆ ਲਮਯਾਤੀ ਨਜ਼ੀਰ ਕਫੀ ਨਜ਼ਰ ਮਿਸਲੇ ਤੋ ਨਾ ਸ਼ੁੱਧ ਪੈਦਾ ਜਾਣਾ ਜਗ ਰਾਜ ਕੋ ਤਾਜ ਤੋਰੇ ਸਰ ਸੋਹ ਤੁਝ ਹੀ ਕੋ ਸ਼ਹਿ ਤੁਝ ਹੀ ਕੋ ਸ਼ਹਿ ਕੋਸ਼ਿਸ਼ ਕਰੋ ਮਿਲ ਕੇ ਪੜੋ ਤਰਜਮਾ ਕੀਏ ਦਾ ਇਸ ਸੂਰਤ ਨੂੰ ਮੈਂ ਜਾਣਾ ਖਾਂ ਜਾਣਾਨ ਕੇ ਜਾਣੇ ਜਹਾਨਾ ਖਾਂ ਜਾਣਾਨ ਕੇ ਜਾਣੇ ਜਹਾਨਾ ਖਾਂ ਸੱਚ ਆਖਾਂ ਤੇ ਰੱਬ ਦੀ ਮੈਂ ਸ਼ਾਨਾ ਖਾਂ ਸੱਚ ਆਖਾਂ ਤੇ ਰੱਬ ਦੀ ਮੈਂ ਸ਼ਾਨਾ ਖਾਂ ਜਿਸ ਸ਼ਾਨ ਤੋਂ ਸ਼ਾਨਾ ਜਿਸ ਸ਼ਾਨ ਤੋਂ ਸ਼ਾਨਾ ਜਿਸ ਸ਼ਾਨ ਤੋਂ ਸ਼ਾਨਾ ਸਭ ਬਣੀਆਂ ਆਲਾ ਹਜ਼ਰਤ ਨੇ ਇੱਕ ਹੋਰ ਸ਼ੇਰ ਲਿਖਿਆ ਅਲਕਲਬੁ ਸ਼ਜੁਨ ਵਲਹਮੁ ਸ਼ਜੁਨ ਦਿਲ ਜ਼ਾਰ ਚੁਨਾ ਜਾਂ ਜ਼ੇਰ ਚੁਨੀ ਪਤ ਆਪਣੀ ਬਿਪਤ ਮੈਂ ਕਾਸੇ ਕਹੂੰ ਪਤ ਆਪਣੀ ਬਿਪਤ ਮੈਂ ਕਾਸੇ ਕਹੂੰ ਮੇਰਾ ਕੌਣ ਹੈ ਤੇਰੇ ਸਿਵਾ ਜਾਣਾ
سوا جانا ہے تیرے سوا تیرے سوا جانا ترجمہ الکل بشجن ول ہم بشجن دلدار چنا جا زیر چنو اج سکھ مترا دیو دھیری ہے اج سکھ مترا دیو دھیری ہے کیوں دل ری اداس ہنیری ہے شاپ چکیری اج نینا لایا کیوں جڑیاں لکا بدرن فی الوجہ الاجمل خط حالہ مہ خط حالہ مہ زلف بریا جل تور چندن چندر پرا کنڈل رحمت کی بھرن برسا مکھ چند بدر شاشانی مکھ چند بدر مکھ چند بدر مکھ چند بدر مکھ چند بدر شاشانی مکھ چمکے لات نورانی خالی زلف تے اکھ مستانی خالی زلف تے اکھ مستانی مخمور مینو قسم قرآن مجید دیے مد بھریاں دونوں کے مقتے ملا لے مقتے دونوں کے ملا لے اللہ نے کہا بس خامہ خام نوائے رضا جب نعت لکھتے 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 عاجزی کا احساس ہوا تو اعلی حضرت نے فرمایا بس خامہ خام نوائے رضا پیر صاحب پکارے سبحان اللہ ما اجمل کا اعلی حضرت نے فرمایا نہ یہ طرز میری نہ یہ رنگ میرا نہ یہ طرز میری نہ یہ رنگ میرا پیر صاحب نے ترجمہ کیا ما حسن کا ما اکمل کا نہ یہ طرز میری ما حسن کا نہ یہ رنگ میرا ما اکمل کا شیر پہ گرا کرنے کے لیے شیر کہا جاتا ہے کبھی ایک مصرع کہا جاتا ہے کبھی آدھا مصرع کہا جاتا ہے کبھی ایک لفظ کہا جاتا ہے گرا در گرا در گرا آلہ حضرت نے فرمایا ارشاد احبانات تھا ورنہ کتھے مہر علی کتھے تیری سنا تیری سنا تیری سنا تیری سنا اعلی حضرت نے فرمایا نا چار اس راہ پڑا جانا مطلب گستاخ کیا کتھے جا
ਸਾੜੀਆਂ ਸਰਕਾਰ ਜਿਹਾ ਕੋਈ ਨਹੀਂ ਸਰਕਾਰ